ਭਾਰਤ ਵਿੱਚ ਭਿਆਨਕ ਗਰਮੀ ਪੈ ਰਹੀ ਹੈ, ਪਰ ਹੰਸਾ ਬਾਹਰ ਹੈ। ਸ਼ਹਿਰ ਦੇ ਕੂੜੇ ਨੂੰ ਫਰੋਲਦੀ ਹੋਈ, ਉਸਦੇ ਲਈ ਕੂੜੇ ਦੇ ਹਰ ਟੁਕੜੇ ਦਾ ਮਤਲਬ ਪੈਸਾ ਹੈ। ਹੀਟ ਸਟ੍ਰੋਕ ਨੇ ਇਹਨਾਂ ਤੋਂ ਕੰਮ ਦੇ 6 ਦਿਨ ਖੋਹ ਲਏ ਨੇ, ਜਿਸ ਕਰਕੇ ਹੰਸਾ ਦੀ ਆਮਦਨ ਅੱਧੀ ਰਹਿ ਗਈ ਹੈ। ਪਰ ਰਾਹਤ ਹੈ ਕਿ ਹੰਸਾ ਕੋਲ ਗਰਮ ਦਿਨਾਂ ਦੇ ਲਈ ਬੀਮਾ ਹੈ। ਇੰਨੀ ਗਰਮੀ ਪਈ ਕਿ ਮੈਨੂੰ ਲੂ ਲੱਗ ਗਈ ਤੇ ਚਮੜੀ ਤੇ ਤੱਫੜ ਪੈ ਗਏ। ਮੈਂ ਬੀਮੇ ਤੋਂ ਮਿਲੇ ਪੈਸਿਆਂ ਨਾਲ ਖਾਣਾ ਤੇ ਦਵਾਈਆਂ ਲਿਆਂਦੀਆਂ। ਭਿਆਨਕ ਗਰਮੀ ਨੇ ਭਾਰਤ ਦੇ ਲੱਖਾਂ ਗਰੀਬ ਲੋਕਾਂ ਤੇ ਅਸਰ ਪਾਇਆ ਹੈ। ਹੁਣ ਇਹਨਾਂ ਦੀ ਚੋਣ ਸੀ ਕਿ ਅਸੁਰੱਖਿਅਤ ਹਾਲਾਤਾਂ ਦੇ ਵਿੱਚ ਕੰਮ ਕਰਨਾ ਹੈ ਕਿ ਭੁੱਖੇ ਰਹਿਣਾ ਹੈ। Women are among the worst affected, especially those on meager incomes like $60 to $70 a month, and for them this heat insurance have actually come as a breather. ਉਹ ਦਿਨ ਜਦੋਂ ਪਾਰਾ ਪਹਿਲਾਂ ਤੋਂ ਮਿੱਥੀ ਸੀਮਾ ਤੋਂ ਅਗਾਂਹ ਚਲਾ ਜਾਂਦਾ ਹੈ, ਉਸ ਦਿਨ ਅਹਿਮਦਾਬਾਦ ਵਿੱਚ ਪਾਰਾ 44 degrees Celsius ਹੁੰਦਾ ਹੈ ਅਤੇ ਬੀਮਾ ਧਾਰਕਾਂ ਨੂੰ ਕਰੀਬ 300 rupees ਦਾ ਭੁਗਤਾਨ ਕੀਤਾ ਜਾਂਦਾ ਹੈ। ਜੋ ਅੰਦਰ ਕੰਮ ਕਰਦੇ ਨੇ ਉਹਨਾਂ ਦੇ ਲਈ ਸਥਿਤੀ ਹੋਰ ਵੀ ਖਰਾਬ ਹੈ। ਸ਼ੇਖ ਸਾਬੀਰਾ ਪਤੰਗ ਬਣਾਉਣ ਵੇਲੇ ਪੱਖੇ ਦਾ ਇਸਤੇਮਾਲ ਨਹੀਂ ਕਰ ਸਕਦੇ, ਪਰ ਨਾ ਸਹਿਣਯੋਗ ਗਰਮੀ ਪਰਿਵਾਰ ਦੇ ਪਤੰਗ ਬਣਾਉਣ ਦੇ ਟੀਚੇ ਦੇ ਵਿੱਚ ਅੜਿੱਕਾ ਪਾਉਂਦੀ ਹੈ। ਇੱਕ ਪਤੰਗ ਦਾ ਕਿੰਨਾ ਪੈਸਾ ਮਿਲਦਾ ਹੈ ਆਪਕੋ? ਸਰ ਹਮਕੋ ਇੱਕ ਪਤੰਗ 3-5 rupees ਮੇਂ ਬਣਤੀ, ਤੋ ਵਹਾਂ ਘਰ ਮੇਂ ਬਣਾਓ ਤੋ ਹਮਾਰੋ 3 rupees ਮੇਂ ਮਿਲਤੀ ਹੈ। ਉਸੇ ਗਏ ਮੈਨੇ ਹਮਕੋ 400 rupees ਮਿਲਾ ਥਾ, ਔਰ ਅਬਕੇ ਹਮਾਰੋ 750 ਮਿਲਾ, ਤੋ ਕੁੱਲ ਮਿਲਾ ਕੇ 1150 rupees ਹਮਕੋ ਮਿਲੇਂਗੇ ਇਨਸ਼ੋਰੈਂਸ ਮਹਿਲਾ ਬੈਂਕੋਂ ਕੀ ਤਰਫ ਸੇ। ਤੋ ਇਸਮੇਂ ਹਮਾਰਾ ਬਸ ਇਹ ਫਾਇਦਾ ਹੁਆ ਕਿ ਹਮਾਰੇ ਇੱਕ ਬੱਚੇ ਕੀ ਫੀ ਭਰ ਆ ਗਈ, ਕਿਉਂਕਿ ਪ੍ਰਾਈਵੇਟ ਸਕੂਲ ਮੇਂ ਪੜ੍ਹਤਾ ਹੈ ਹਮਾਰਾ ਲੜਕਾ, ਤੋ ਉਸਕੀ ਫੀ ਭਰ ਆ ਗਈ। 46,000 ਮਹਿਲਾਵਾਂ ਨੂੰ ਬੀਮਾ ਪ੍ਰੋਗਰਾਮ ਦਾ ਲਾਭ ਮਿਲ ਚੁੱਕਿਆ ਹੈ, ਪਰ ਹੀਟ ਵੇਵ ਦੇ ਨਾਲ ਹੋਰ ਖਰਾਬ ਹੁੰਦੀ ਸਥਿਤੀ ਦੇ ਦੌਰਾਨ ਇਹ ਮਾਮੂਲੀ ਭੁਗਤਾਨ ਕਾਫੀ ਨਹੀਂ। ਹਮ ਸਰਕਾਰ ਸੇ ਬਾਤ ਕਰ ਸਕਤੇ ਕਿ ਜੋ ਸੋਸ਼ਲ ਸਿਕਿਉਰਿਟੀ ਐਕਟ ਹੈ, ਤੋ ਉਸਕੇ ਅੰਦਰ ਇਹ ਹੀਟ ਵੇਵ ਕਾ ਇੰਸ਼ੋਰੈਂਸ ਵੋ ਇਨਕਲੂਡ ਕਰੇ ਔਰ ਉਸ ਹਿਸਾਬ ਸੇ ਵਰਕਰ ਕੋ ਦੇ। ਜੋ ਕੰਸਟ੍ਰਕਸ਼ਨ ਵਰਕਰ ਹੈ, ਸਾਲਟ ਪੈਨ ਵਰਕਰ ਹੈ, ਤੋ ਉਨਕੇ ਲਈ ਵੈਲਫੇਅਰ ਬੋਰਡ ਆਲਰੇਡੀ ਚੱਲ ਰਹੇ ਹੈ ਔਰ ਉਸਮੇ ਇਤਨਾ ਪੈਸਾ ਅਨਸਪੈਂਡ ਰਹਿਤਾ ਹੈ ਕਿ ਜਿਸਸੇ ਇਹ ਪੂਰਾ ਹੀਟ ਵੇਵ ਕਾ ਇੰਸ਼ੋਰੈਂਸ ਉਸਮੇ ਸੇ ਕੀਆ ਜਾ ਸਕਤਾ ਹੈ। ਅਗਰ ਸਰਕਾਰ ਐਸਾ ਕਰਤੀ ਹੈ ਤੋ ਦੁਨੀਆ ਮੇਂ ਸਭਸੇ ਪਹਿਲਾ ਭਾਰਤ ਦੇਸ਼ ਐਸਾ ਹੋਗਾ ਜੋ ਅਸੰਗਠਿਤ ਖੇਤਰ ਕੇ ਕਾਮਗਾਰੋਂ ਕੇ ਲਈ ਐਸਾ ਇੰਸ਼ੋਰੈਂਸ ਉਸਨੇ ਕੀਆ ਹੈ, ਕਿਉਂਕਿ ਦੁਨੀਆ ਮੇਂ ਅਭੀ ਕੋਈ ਵੀ ਐਸਾ ਦੇਸ਼ ਨਹੀਂ ਹੈ ਕਿ ਜੋ ਇਸ ਬਾਰੇ ਮੇਂ ਸੋਚ ਰਹਾ ਹੈ। ਧੁੱਪ ਹੋਵੇ ਜਾਂ ਮੀਂਹ, ਅਸੀਂ ਇੱਕ ਵੀ ਦਿਨ ਕੰਮ ਕੀਤੇ ਬਿਨਾਂ ਨਹੀਂ ਰਹਿ ਸਕਦੇ, ਜੇ ਨਾ ਕਰੀਏ ਤਾਂ ਖਾਵਾਂਗੇ ਕੀ? ਇਹਨਾਂ ਔਰਤਾਂ ਦੇ ਲਈ ਇਹ ਮਸਲਾ ਹੋਂਦ ਦਾ ਹੈ। ਜਿਵੇਂ ਜਿਵੇਂ ਗਰਮੀ ਵੱਧਦੀ ਜਾ ਰਹੀ ਹੈ, ਉਵੇਂ ਉਵੇਂ ਜੀਵਨ 'ਤੇ ਅਸਰ ਪੈ ਰਿਹਾ ਹੈ। ਇਸ ਲਈ ਭਾਰਤ ਦੇ ਅਸੰਗਠਿਤ ਕਾਮੇ ਸੁਰੱਖਿਆ ਨੈੱਟ ਦੀ ਲੋੜ ਮਹਿਸੂਸ ਕਰਦੇ ਨੇ।